ਅਸੀਂ ਹਨੂਮਾਨ ਚੌਕ ਦੇ ਵਿੱਚ ਬੜਾ ਲੰਬਾ ਸਮਾਂ ਹਰ ਰੋਜ਼ ਸ਼ਾਮ ਨੂੰ ਪ੍ਰੋਟੈਸਟ ਕਰਦੇ ਰਹੇ ਹਾਂ। ਉਤਸ਼ਾਹ ਆ ਇਸ ਇਤਿਹਾਸਿਕ ਜਿੱਤ ਨੂੰ ਲੈ ਕੇ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਲੰਬਾ ਅੰਦੋਲਨ ਹੋਇਆ ਔਰ ਖਾਸ ਕਰਕੇ ਸ਼ਾਂਤੀਪੂਰਵਕ ਹੋਇਆ ਔਰ ਹਰੇਕ ਸਿੱਦਕ ਨਾਲ ਬੈਠੇ ਹੋਏ ਆਮ ਕਿਸਾਨ ਦੀ ਕਿਸੇ ਵੀ ਭਾਰਤ ਦੇ ਕੋਨੇ ਦੇ ਵਿੱਚੋਂ ਉਹਦੀ ਜਿੱਤ ਹੋਈ ਆ, ਹੌਸਲੇ ਦੀ ਜਿੱਤ ਹੋਈ ਆ, ਜਜ਼ਬੇ ਦੀ ਜਿੱਤ ਹੋਈ ਆ ਔਰ ਇੰਨਾ ਕੁ ਅਤਿਆਚਾਰ ਕੀਤਾ ਸਰਕਾਰ ਨੇ, ਅਸੀਂ ਆਰਾਮ ਨਾਲ ਬਹਿ ਕੇ ਉਸ ਅਤਿਆਚਾਰ ਨੂੰ ਝੱਲਿਆ ਸ਼ਾਂਤਮਈ ਬਹਿ ਕੇ, ਅੱਜ ਉਸ ਜਜ਼ਬੇ ਦੀ ਜਿੱਤ ਹੋਈ ਆ। ਪੂਰੇ ਭਾਰਤ ਦੇ ਕਿਸਾਨਾਂ ਨੂੰ ਮੈਂ ਆਪਣੇ ਵੱਲੋਂ ਇਸ ਜਿੱਤ ਦੀ ਵਧਾਈ ਦਿੰਦਾ ਔਰ ਇੱਕ ਇਤਿਹਾਸ ਦੇ ਵਿੱਚ ਇੱਕ ਇਸ ਅੰਦੋਲਨ ਨੂੰ ਯਾਦ ਰੱਖਿਆ ਜਾਊਗਾ, ਵਰਲਡ ਰਿਕਾਰਡ ਵੀ ਬਣਿਆ ਕਹਿ ਸਕਦਾ ਕਿ ਸਭ ਤੋਂ ਲੰਬਾ ਅੰਦੋਲਨ ਹੁਣ ਤੱਕ ਹੋਇਆ ਆ। ਰਣਨੀਤੀ ਅੱਗੇ ਦੀ ਇਹੋ ਹੀ ਆ ਕਿ ਪਹਿਲਾਂ ਦੇ ਕੇਂਦਰ ਨਾਲ ਮੱਥਾ ਲੱਗਾ ਸੀਗਾ, ਹੁਣ ਆਪਣੇ ਹੱਕ ਲੈਣ ਵਾਸਤੇ ਪੰਜਾਬ ਸਰਕਾਰ ਦੇ ਨਾਲ ਵੀ ਮੱਥਾ ਲਾਵਾਂਗੇ। ਜਿਹੜੀ ਕਰਜ਼ਾ ਮਾਫ਼ੀ ਦੀ ਗੱਲ ਕਰਦੇ ਆ, ਨੌਕਰੀਆਂ ਦੀ ਗੱਲ ਕਰਦੇ ਆ, ਉਹਨਾਂ ਨਾਲ ਵੀ ਸਿੱਧੇ ਹੱਥੀ ਹੁਣ ਸਰਕਾਰ ਨੂੰ ਲਵਾਂਗੇ ਔਰ ਅਗਲੀ ਰਣਨੀਤੀ ਜੋ ਗੁਰਨਾਮ ਸਿੰਘ ਚੜੂਨੀ ਜੀ ਨੇ ਗੱਲ ਕੀਤੀ ਆ ਪੋਲੀਟੀਕਲ ਬਦਲਾਅ ਦੀ, ਉਹ ਜਲਦੀ ਹੀ ਪੰਜਾਬ ਨੂੰ ਇੱਕ ਸਰਪ੍ਰਾਈਜ਼ ਦਿੱਤਾ ਜਾਊਗਾ। ਕਿਸਾਨ ਪਾਰਟੀ ਅਸੀਂ ਮੰਗ ਕਰਦੇ ਹਾਂ ਆਪਣੇ ਲੀਡਰਾਂ ਕੋਲੋਂ ਵੀ ਲੈ ਕੇ ਆਓ ਆਪਣੇ ਪੰਜਾਬ ਦੇ ਵਿੱਚ, ਔਰ ਜੇ ਕੋਈ ਲੀਡਰ ਕਿਸੇ ਰਵਾਇਤੀ ਪਾਰਟੀ ਦੇ ਨਾਲ ਅਲਾਇੰਸ ਕਰਨ ਦੀ ਗੱਲ ਕਰੇ, ਚਾਹੇ ਅਕਾਲੀ ਦਲ, ਚਾਹੇ ਕਾਂਗਰਸ, ਚਾਹੇ ਆਮ ਪਾਰਟੀ, ਉਹਨੂੰ ਬਿਲਕੁਲ ਨਹੀਂ ਮਨਜ਼ੂਰ ਕੀਤਾ ਜਾਏਗਾ, ਉਹਨੂੰ ਨਕਾਰਿਆ ਜਾਊਗਾ। ਲੜਨਾ ਹੈ ਕਿਸਾਨ ਆਪ ਆ ਕੇ ਮੈਦਾਨ ਵਿੱਚ ਲੜਨ, ਨਿਰੋਲ ਕਿਸਾਨਾਂ ਦੀ ਪਾਰਟੀ ਹੋਵੇ, ਇਹੋ ਹੀ ਲੋਕਾਂ ਦੀ ਮੰਗ ਹੈ।